ਸਥਾਨਕ ਕੇਂਦਰੀ ਜੇਲ੍ਹ ਵਿੱਚ ਬੀਤੇ ਦਿਨ ਹੋਈਆਂ ਝੜਪਾਂ ਦੇ ਮਾਮਲੇ ਨੂੰ ਲੈ ਕੇ ਅੱਜ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਿਵਲ ਹਸਪਤਾਲ ਪੁੱਜੇ। ਉੱਥੇ ਉਨ੍ਹਾਂ ਨੇ ਅਧਿਕਾਰੀਆਂ ਤੋਂ ਕੱਲ੍ਹ ਦੀ ਘਟਨਾ ਸੰਬੰਧੀ ਜਾਣਕਾਰੀ ਲਈ ਹੈ। ਇਸ ਮੌਕੇ ਅਧਿਕਾਰੀਆਂ ਖਿਲਾਫ਼ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਡਿਪਟੀ ਕਮਿਸ਼ਨਰ ਜਿਹੜੇ ਡਿਸਟ੍ਰਿਕਟ ਮੈਜਿਸਟਰੇਟ ਨੇ ਉਹਨਾਂ ਦੀ ਇਨਕੁਆਇਰੀ ਜਿਹੜੀ ਆ ਉਹਨਾਂ ਨੂੰ ਲਾ ਦਿੱਤੀ ਹੋਈ ਹੈ। ਉਹ ਆਪਣੀ ਇਨਕੁਆਇਰੀ ਸਾਨੂੰ ਬਹੁਤ ਜਲਦੀ ਰਿਪੋਰਟ ਦੇ ਦੇਣਗੇ। ਉਹਦੇ ਬਾਅਦ ਕਿਉਂਕਿ ਹੁਣ ਮੈਂ ਕੁਝ ਗੱਲ ਕਰਾਂਗਾ ਇਨਕੁਆਇਰੀ ਪਰਫੈਕਟ ਹੋਏਗਾ। ਉਹਨਾਂ ਨੇ ਇਨਕੁਆਇਰੀ ਲਾ ਦਿੱਤੀ ਗਈ ਔਰ ਜੋ ਜੇਲ੍ਹ 'ਚ ਇੰਸੀਡੈਂਟ ਹੋਇਆ ਅਤੇ ਜਿਸ ਤਰ੍ਹਾਂ ਜੇਲ੍ਹ ਡਿਪਾਰਟਮੈਂਟ ਉਹਨੂੰ ਕੰਟਰੋਲ ਕੀਤਾ, ਕੋਈ ਐਪਲੀਕੇਸ਼ਨ ਬਣਾਉਂਦੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੰਟਰੋਲ ਕੀਤੀ। ਜਿਹੜੀਆਂ ਅੰਦਰ ਗੱਲਬਾਤ ਜਿਹੜੀ ਗੱਲ ਸੀ ਉਹਦੇ ਤੋਂ ਇਹ ਜ਼ਰੂਰ ਆਈ ਹੈ ਸਾਹਮਣੇ ਕਿ ਜਿਹੜਾ ਕੋਈ ਸੂਟ ਮੁਲਾਜ਼ਮ ਉਹਦੀ ਪਤਾ ਲੱਗਾ, ਪਰ ਮੇਰਾ ਖਿਆਲ ਹੈ ਕਿ ਉਹ ਜਿਹਨਾਂ ਬੰਦੇ ਨੇ ਰੌਲੀ ਪਾਈ ਉਹਨਾਂ ਦਾ ਉਸ ਬੰਦੇ ਦੇ ਨਾਲ ਕੋਈ ਰੋਲ ਵੀ ਨਹੀਂ ਸੀ। ਬਿਨਾਂ ਮਤਲਬ ਪ੍ਰਵੋਕ ਹੋ ਕੇ ਇਮੀਡੀਏਟਲੀ ਜਦੋਂ ਆਏ ਨੇ ਉਹਨਾਂ ਨੇ 700 ਜਿਹੜਾ ਅੰਦਰ ਬੰਦਾ ਡਾਕਟਰ ਮੈਡੀਟੇਸ਼ਨ ਕਰਾਉਣ ਲਈ ਗਿਆ ਉਹਨੂੰ ਗੱਡੀ ਛੱਡ ਕੇ ਵਾਪਸ ਆ ਰਹੀ ਸਟੂਡੈਂਟ ਜੇਲ੍ਹ ਦੀ, ਉਹਨੂੰ ਅੱਗ ਲਾ ਦਿੱਤੀ ਗਈ। ਜਿਹੜੇ ਉੱਥੇ ਜਿਹੜੇ ਕੈਦੀ ਚੱਲ ਫਿਰ ਨਹੀਂ ਸਕਦੇ ਉਹਨਾਂ ਲਈ ਈ ਰਿਕਸ਼ਾ ਦੀ ਜਿਹੜੀ ਡੋਨੇਟ ਕੀਤਾ ਗਿਆ ਸੀ ਉਹਨੂੰ ਸਾੜ ਦਿੱਤਾ ਗਿਆ। ਜਿਹੜੀ ਕੰਟੀਨ 'ਚੋਂ ਇਹਨਾਂ ਨੂੰ ਰਾਸ਼ਨ ਜਾਂਦਾ ਸੀ ਉਹਨੂੰ ਸਾੜ ਦਿੱਤਾ ਗਿਆ। ਜਿਹੜਾ ਸਿਲੰਡਰ ਸੀਗੇ ਉਹਨਾਂ ਨੂੰ 2 ਸਿਲੰਡਰ ਫੜੇ ਨੇ, ਇਹ ਮੇਨ ਤੇ ਜਿਹੜੀ ਸਰ ਇੱਕ ਚੀਜ਼ ਸਾਹਮਣੇ ਆ ਰਹੀ ਹੈ, ਤੁਸੀਂ ਆਪਣੀ ਕੱਲ੍ਹ ਸਟੇਟਮੈਂਟ ਦੇ ਵਿੱਚ ਕਿਹਾ ਕਿ 2 ਗੈਂਗਵਾਰਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਆ, ਪਰ ਡਿਪਟੀ ਕਮਿਸ਼ਨਰ ਲੁਧਿਆਣਾ ਦਾ ਕਹਿਣਾ ਹੈ ਕਿ ਇੱਕ ਕੈਦੀ ਆਪਣੇ ਵੱਲੋਂ ਕਿਤੇ ਕੋਈ ਲਿਖ ਦਿੱਤਾ ਹੋਏਗਾ ਮੇਰੀ ਕਿਤੇ ਸਟੇਟਮੈਂਟ ਦੇ ਕਿ ਉਹ ਮੈਂ ਸੁਣ ਲਾਂਗਾ ਕਿਤੇ 2 ਗੈਂਗਵਾਰ ਨਹੀਂ ਹੋਏ ਉੱਥੇ। ਜਿਸ ਵੇਲੇ ਆਦਮੀ ਅੰਦਰ ਗਿਆ ਮੋਬਾਈਲ ਬੰਦ ਹੋ ਗਏ ਆ। ਮੈਂ ਅੱਜ ਵੀ ਕਹਿੰਦਾ ਕਿ ਮੋਬਾਈਲ ਜਿਹੜੇ ਜੇਲ੍ਹਾਂ ਜਾ ਵੀ ਰਹੇ ਨੇ ਉੱਥੇ ਹੋ ਵੀ ਰਹੇ ਨੇ, ਅਸੀਂ ਮੈਕਸੀਮਮ ਉਹਨਾਂ ਨੂੰ ਫੜ ਵੀ ਰਹੇ ਔਰ ਇਹਨਾਂ ਮੇਰੇ ਖਿਆਲ ਹੈ ਕਿ ਹੁਣ ਤੱਕ ਕੋਈ 700-800 ਅਸੀਂ ਮੋਬਾਈਲ ਜੇਲ੍ਹਾਂ 'ਚੋਂ ਰਿਕਵਰ ਵੀ ਕਰ ਲਿਆ ਜਦੋਂ ਦਾ ਮੈਂ ਮਨਿਸਟਰ ਬਣੇ। ਸਰ ਜਿਹੜਾ ਉਹ ਤਾਂ ਜਦੋਂ ਪੁਲਵਾਮਾ 'ਤੇ ਹਮਲਾ ਹੋਇਆ ਸੀ ਉਹਦੇ 40 ਫੌਜੀ ਸ਼ਹੀਦ ਹੋਏ, ਉਦੋਂ ਪ੍ਰਾਈਮ ਮਿਨਿਸਟਰ ਨੂੰ ਵੀ ਕਰ ਦੇਣਾ ਚਾਹੀਦਾ ਸੀ ਮੇਰੇ ਖਿਆਲ ਹੈ, ਉਹ ਵੀ ਮੰਗ ਲੈਣਾ ਚਾਹੀਦਾ ਸੀ। ਜਿਹੜੇ ਚੈਲੇਂਜ ਤੋਂ ਨਹੀਂ ਮੈਂ ਭੱਜੂੰਗਾ, ਚੈਲੇਂਜ ਐਕਸੈਪਟ ਕੀਤਾ ਔਰ ਮੁਕਾਬਲਾ ਕਰਾਂਗਾ। ਸਰ ਲਗਾਤਾਰ 10 ਦਿਨ ਦੇ ਵਿੱਚ 2 ਇੰਸੀਡੈਂਟ ਹੋ ਗਏ ਆ, ਕੀ ਲੱਗਦਾ ਕੀ ਹੈ ਤੁਹਾਨੂੰ ਕਿ ਜ਼ਿਲ੍ਹਾ ਦੇ ਵਿੱਚ ਸੁਰੱਖਿਆ ਦੀ ਨਹੀਂ ਸੁਰੱਖਿਆ ਦੀ ਕਮੀ ਨਹੀਂ, ਮੈਂ ਕਿਹਾ ਸਰ ਸੁਰੱਖਿਆ ਦੀ ਵੇਖੋ ਸਾਡੇ ਕੋਲ ਮੈਨ ਪਾਵਰ ਦੀ ਵੀ ਕਮੀ ਹੈ ਜੀ, ਔਰ ਮੇਰਾ ਖਿਆਲ ਹੈ ਕਿ 1 ਸਾਲ 3 ਮਹੀਨੇ ਤੋਂ ਮੈਂ ਪਹਿਲਾਂ ਕੈਪਟਨ ਸਾਹਿਬ ਨੇ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਕੀਤੀ, ਉਹਦੇ ਬਾਅਦ ਮੇਰੇ ਕੋਲ ਡਿਪਾਰਟਮੈਂਟ ਆਇਆ, ਮੈਂ ਉਹਨਾਂ ਨਾਲ ਗੱਲ ਕਰਕੇ ਆਇਆ ਕਿ ਸਾਨੂੰ ਜੇ ਤੁਸੀਂ ਦਿੱਲੀ ਦੇ ਵਿੱਚ ਸਿਕਿਉਰਿਟੀ ਫੋਰਸਿਸ ਦੇ ਸਕਦੇ ਹੋ, ਉਹਨਾਂ ਨੇ ਤਮਿਲਨਾਡੂ CIF ਨੇ ਦਿੱਤੇ, ਉਹਨਾਂ ਤਮਿਲਨਾਡੂ ਦੀ ਪੁਲਿਸ ਲਾਈ ਹੈ ਕਿ ਕਿਉਂਕਿ ਉੱਥੇ ਉਹਨਾਂ ਨੂੰ ਕਿਸੇ ਦੀ ਲੈਂਗੁਏਜ ਦਾ ਪਤਾ ਨਾ ਚੱਲ। ਉਹਦੇ 'ਚ ਮੈਂ ਕਿਹਾ ਕਿ ਸਾਨੂੰ ਵੀ ਜਿਹੜੀ ਆ ਜੇਲ੍ਹਾਂ ਦੇ ਵਿੱਚ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ। ਉਹਨਾਂ ਨੇ ਸਿਰਫ ਸਾਨੂੰ 3 ਬਟਾਲੀਅਨ ਜਿਹੜੀਆਂ ਸੀ ਉਹਨਾਂ ਦਾ ਕਿਹਾ ਕਿ ਅਸੀਂ ਤੁਹਾਨੂੰ 3 ਬਟਾਲੀਅਨ ਅਲੋਟ ਕਰਦੇ ਹਾਂ,